ਪਸੰਦ ਲੱਗੇ, ਜੌਂਡੀਅਰ 50-75 ਈ ਬਾਈ ਆਹ ਲੈਣਾ ਅਸੀਂ ਏਸੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਅੱਜ ਤੁਹਾਨੂੰ ਲੈ ਕੇ ਆਏ ਹਾਂ ਕਿਸਾਨੀ ਮੇਲਾ ਜਿਹੜਾ ਕਿ ਆਪਣੇ ਫਰੀਦਕੋਟ। ਅੱਜ ਹੈਗੀ 10 ਸਤੰਬਰ ਅਤੇ ਤੁਹਾਨੂੰ ਸਾਰੀਆਂ ਸਟਾਲਾਂ ਦਿਖਾਵਾਂਗੇ ਅਤੇ ਪੂਰੀਆਂ ਰੌਣਕਾਂ ਲੱਗੀਆਂ ਅਤੇ ਅੱਜ ਗਰਮੀ ਵੀ ਬਹੁਤ ਆ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਜੋ ਜਿਹੜੇ ਵੀ ਕਿਸਾਨੀ ਨੂੰ ਪਿਆਰ ਕਰਦੇ ਨੇ, ਸਾਰੇ ਜਣੇ ਵੀਡੀਓ ਸ਼ੇਅਰ ਕਰ ਦਿਆ ਜੋ। ਅਤੇ ਇਹ ਲੱਗਾ ਜੀ ਆਪਣਾ ਫਰੀਦਕੋਟ ਕਿਸਾਨੀ ਮੇਲਾ, ਅਤੇ ਆਹ ਦੇਖ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਕਿਸਾਨ ਇੱਥੇ ਪਹੁੰਚੇ ਆ ਅਤੇ ਤੁਹਾਨੂੰ ਸਾਰਾ ਏ ਟੂ ਜੈਡ ਦਿਖਾਵਾਂਗੇ ਅੱਜ ਮੇਲਾ। ਅਤੇ ਵੀਡੀਓ ਨੂੰ ਜ਼ਰੂਰ ਲਾਈਕ ਸ਼ੇਅਰ ਕਰ ਦਿਆ ਜੋ, ਅਤੇ ਆ ਜਾਓ ਫਿਰ ਚੱਲਦੇ ਹਾਂ ਅੱਗੇ ਅਤੇ ਕਰਦੇ ਹਾਂ ਸ਼ੁਰੂਆਤ। ਲਓ ਜੀ ਹੋ ਗਈ ਆ ਆਪਣੇ ਕਿਸਾਨ ਮੇਲੇ ਦੀ ਮੇਨ ਐਂਟਰੀ, ਮੇਨ ਗੇਟ ਤੋਂ ਆਪਾਂ ਹੋ ਚੱਲੇ ਹਾਂ ਅੰਦਰ ਐਂਟਰ, ਅਤੇ ਬਾਹਰ ਵੀ ਕਾਫੀ ਜ਼ਿਆਦਾ ਸਟਾਲਾਂ ਲੱਗੀਆਂ ਅਤੇ ਅੰਦਰ ਵੀ ਕਾਫੀ ਜ਼ਿਆਦਾ ਸਟਾਲਾਂ ਲੱਗੀਆਂ। ਕਾਫੀ ਬੂਟੇ ਆਏ ਇੱਥੇ ਵਿਕਣੇ ਅਤੇ ਕਾਫੀ ਜ਼ਿਆਦਾ ਹਰ ਇੱਕ ਕਿਸਮ ਦੀ ਸਬਜ਼ੀ ਦੀ ਪਨੀਰੀ ਵੀ ਇੱਥੇ ਹੈਗੀ ਆ। ਅਤੇ ਆਹ ਦੇਖੀ ਚਲੋ ਤੁਸੀਂ ਕਿਵੇਂ ਰੌਣਕਾਂ ਲੱਗੀਆਂ, ਅਤੇ ਅੱਗੇ ਵੀ ਚੱਲਦੇ ਹਾਂ, ਇੱਥੇ ਸਟੇਜ ਵੀ ਲੱਗੀ ਹੋਈ ਆ ਅਤੇ ਕਰਤਾਰ ਸਿੰਘ ਸੰਧਵਾ ਵੀ ਪਹੁੰਚੇ ਹੋਏ ਨੇ ਅਤੇ ਗੁਰਦਿੱਤ ਸਿੰਘ ਸੇਖੋਂ MLA ਉਹ ਵੀ ਪਹੁੰਚੇ ਹੋਏ ਨੇ, ਅਤੇ ਆ ਜਾਓ ਉਹਨਾਂ ਉੱਧਰ ਵੀ ਤੁਹਾਨੂੰ ਇੱਕ ਝਾਤ ਮਰਾ ਦਿੰਦੇ ਹਾਂ, ਅਤੇ ਬਾਕੀ ਆ ਜਾਓ ਮੇਰੇ ਨਾਲ ਚੱਲਦੇ ਚਲੋ, ਅਤੇ ਅੱਗੇ ਤੁਹਾਨੂੰ ਸਟਾਲਾਂ ਹੀ ਸਟਾਲਾਂ ਦਿਖਾਵਾਂਗੇ। ਬਾਕੀ ਇੱਥੇ ਵੀ ਬਹੁਤ ਸਾਰੇ ਇੱਥੇ ਹੋਰ ਵੀ ਸਾਡੇ ਉੱਦਮੀ ਕਿਸਾਨ ਭੈਣਾਂ ਜਿਹਨਾਂ ਨੇ ਆਪ ਉੱਦਮ ਕਰਕੇ ਖੇਤੀਬਾੜੀ ਦੇ ਜਿਹੜੇ ਪ੍ਰੋਡਕਟ ਹੈ ਉਹਨਾਂ ਨੂੰ ਪ੍ਰੋਸੈਸ ਕਰਕੇ ਮਾਰਕੀਟਿੰਗ ਦਾ ਜਿਹੜਾ ਵਧੀਆ ਮਾਡਲ ਬਣਾਇਆ, ਕਿਉਂਕਿ ਆਪਾਂ ਕਹੇ ਤੋਂ ਬਾਲਾ ਘੱਟ ਪਾਉਂਦੇ ਹਾਂ, ਵੇਖ ਕੇ ਪਾਉਂਦੇ ਹਾਂ, ਜੇ ਗੁਆਂਢੀ 3 ਪੌਦਾ ਆਪਾਂ ਕਹਿੰਦੇ ਆਪਾਂ 4 ਪਾਉਣੇ ਪਊਗੀਆਂ। ਉਹ ਇੱਥੇ ਸਾਰੇ ਮਾਡਲ ਇੱਥੇ ਦਿਖਾਏ ਜਾਣਗੇ, ਤੁਸੀਂ ਦੇਖੋਗੇ ਨਵੀਆਂ ਮਸ਼ੀਨਾਂ ਜਿਹੜੀਆਂ ਆਈਆਂ, ਨਵੀਂ ਟੈਕਨੋਲੋਜੀ ਆਈ ਹੈ, ਨਵੀਂ ਤਰ੍ਹਾਂ ਦੀ ਟੈਸਟਿੰਗ ਦੇ ਜਿਹੜੇ ਸਾਰੇ ਸਿਸਟਮ ਹੈ ਉਹ ਸਾਰੇ ਤੁਹਾਨੂੰ ਦਿਖਾਏ ਜਾਣਗੇ। ਬਾਕੀ ਗੱਲ ਇਹ ਵੀ ਪਹਿਲਾਂ ਭਾਜਣ ਵਾਲਾ ਕੰਮ ਨਹੀਂ, ਦੂਜੀ ਗੱਲ ਬਹੁਤ ਸਹੀ ਹੈ। ਇਹਨਾਂ ਨੇ ਪੁੱਛਿਆ ਜੀ ਜੀ ਸਾਹਿਬ, ਇਹ ਕਹਿੰਦੇ ਆ ਕਈ ਛੋਟੇ ਛੋਟੇ ਕੋਈ ਵੀ ਸਬਜ਼ੀਆਂ ਕੱਟੋਗੇ, ਕੋਈ ਆਹ ਕੰਡਾ ਹੈ ਫਸਲ ਕੋਲ, ਆਹ ਮੱਥੇ 'ਤੇ ਲਾਉਣ ਵਾਸਤੇ ਲਾਈਟ, ਆਹ ਬਿਜਲੀ ਦਾ 300 ਦਾ
ਲੈ ਵੀ ਗਮਿਆ ਜਿਹੜਾ ਲੈਣ ਟਰੈਕਟਰ ਆਪਾਂ ਆਸ਼ਾ ਆਏ ਲੈ ਗਏ 557 ਆਸ਼ਾ ਹੀ ਆਸ਼ੇ ਖੜੇ ਬੱਲੇ ਜੌਨ ਡੀਅਰ 50-75 ਈ ਬਾਈ ਆਹ ਲੈਣਾ ਅਸੀਂ ਏ ਸੀ ਛੋਟਾ ਮੈਸੀ ਆ ਗਿਆ ਵੀ ਇੱਧਰ ਸਾਰੇ ਮੈਸੀ ਹੀ ਮੈਸੀ ਅਤੇ ਆਹ ਟਰੈਕਟਰ 'ਤੇ 1,00,000 ਰੁਪਏ ਦੀ ਸਬਸਿਡੀ ਹੈ ਬਈ ਸਰਕਾਰ ਦੇ ਵੱਲੋਂ ਅਤੇ ਇੱਥੇ ਬੜਾ ਕੁਛ ਦੇਖਣ ਨੂੰ ਮਿਲਦਾ ਵੀ ਕਿਸਾਨ ਵੀਰਾਂ ਲਈ ਜਿੰਨੀਆਂ ਵੀ ਆਈਟਮ ਫੀਡ ਵਗੈਰਾ ਜਾਂ ਕੋਈ ਵੀ ਦਵਾਈ ਹੁੰਦੀ ਹੈ ਪਸ਼ੂਆਂ ਲਈ ਰੇਹ ਸਪਰੇ ਸਾਰਾ ਇੱਥੇ ਸਾਰੀਆਂ A to Z ਸਟਾਲਾਂ ਲੱਗੀਆਂ ਅਤੇ ਆਪਾਂ ਵੀ ਬੈਠ ਕੇ ਫੀਲਿੰਗ ਲਈ ਹੈ ਨਵੇਂ ਟਰੈਕਟਰ 'ਤੇ ਸਾਈਡ ਆ ਗਿਆ ਔਰਗੈਨਿਕ ਗੁੜ ਤਿਲਾਂ ਵਾਲਾ ਸੌਂਫ ਵਾਲਾ ਗਿਰੀਆਂ ਵਾਲਾ ਬਾਈ ਹੋਮਮੇਡ ਗੁੜ ਆ ਬਾਈ ਬਾ ਕਮਾਲ ਟੇਸਟ ਪੂਰਾ ਘੈਂਟ ਅਤੇ 200 ਰੁਪਏ ਕਿਲੋ ਅਤੇ ਆਪਾਂ ਵੀ ਥੋੜ੍ਹਾ ਜਿਹਾ ਲੈ ਕੇ ਆਉਂਦਾ 200 ਰੁਪਏ ਕਿਲੋ ਕੁ ਅਤੇ ਟੇਸਟ ਪੂਰਾ ਘੈਂਟ ਆ ਬਾਈ ਸ਼ੱਕਰ ਵਗੈਰਾ ਸਾਰਾ A to Z ਵਧੀਆ ਮਿਲਦਾ ਹਨੀ ਆ ਗਿਆ ਹਨੀ ਸਪੈਸ਼ਲ ਹਨੀ ਇਹ ਵੀ ਔਰਗੈਨਿਕ ਸਾਰਾ ਕਿਸਾਨ ਵੀਰਾਂ ਵੱਲੋਂ ਸਟਾਲਾਂ ਬਹੁਤ ਲੱਗੀਆਂ ਇੱਥੇ ਵੀ ਕਿਸਾਨਾਂ ਦੀਆਂ ਅਤੇ ਹਰ ਇੱਕ ਚੀਜ਼ ਵਧੀਆ ਵਧੀਆ ਕੁਆਲਿਟੀ ਦੀ ਮਿਲਦੀ ਆ ਔਰਗੈਨਿਕ ਹਲਦੀ ਵਗੈਰਾ ਪਾਊਡਰ ਕੀਤੀ ਹੈ ਇਹ 2-4
ਪੀਏ ਟੂ ਦੇ ਕਿਸਾਨ ਮੇਲੇ ਗਿਆਨ ਵੰਡਣ ਦੇ ਕਿਸਾਨ। ਪਰ ਅਸੀਂ ਤੁਹਾਨੂੰ ਮਾਨਯੋਗ ਵਾਚਾ ਸਾਹਿਬ ਨੇ ਕਹਿੰਦੇ ਨਾ ਰੇਟ ਉਹੀ ਰੱਖਣੇ ਨੇ, ਪਿਛਲੀ ਵਾਰ ਵਾਲੇ 70 ਰੁਪਏ ਦੀ ਉਪਨਾਮ ਤੁਹਾਨੂੰ ਦਿੰਦੇ ਆ, ਔਰ ਜਿਹਦੇ ਵਿੱਚ ਇੱਕ ਇੱਕ ਚੀਜ਼ ਦਰਜ ਹੈ ਕਿਹੜੀ ਖੇਤੀ ਖੋਜ ਇਸੇ ਮਹੀਨਿਆਂ ਦੇ ਵਿੱਚ ਹੋਈ ਆ, ਕਿਹੜੇ ਵੱਲੋਂ ਲਗਾਏ ਜਾ ਰਹੇ ਕਿਸਾਨ ਮੇਲੇ ਦੇ ਪਹੁੰਚੇ ਹੋਏ ਸਾਡੇ ਹਲਕੇ ਦੇ MLA ਸਾਹਿਬ ਸਰਦਾਰ ਗੁਰਜੀਤ ਸਿੰਘ ਜੀ ਸੇਖੋਂ, ਸਾਡੇ ਵਾਈਸ ਚਾਂਸਲਰ ਡਾਕਟਰ ਸਤਬੀਰ ਸਿੰਘ ਜੀ ਗੋਸਲ, ਡਾਇਰੈਕਟਰ ਰਿਸਰਚ ਅਜਮੇਰ ਸਿੰਘ ਟਾਟ, ਲਓ ਜੀ ਇੱਧਰ ਸਾਡੇ ਪਿੰਡ ਦੇ ਵੀਰ ਮਿਲੇ ਆ ਜਿਹੜੇ ਕਿ ਕੁਝ ਕੁ ਬੀਜ ਲੈ ਕੇ ਚੱਲੇ ਇੱਥੋਂ ਕਿਸਾਨ ਮੇਲੇ ਤੋਂ, ਪਿੰਡ ਭਲੂਰ ਦੇ ਮੇਰੇ ਵੀਰ ਆ। ਹੋਰ ਓਕੇ ਆ, ਹੋਰ ਵੀ ਸਮਾਨ ਲੈਣਾ ਕੁਛ? ਚਲ ਅੱਛਾ ਠੀਕ ਹੈ ਠੀਕ ਹੈ ਯਾਰ ਭਾਈ ਹੁਣ ਤਾਹੀ ਵੀ ਥੋੜੀ ਥੋੜੀ ਵਰਾਇਟੀ ਲੈ ਲਈ ਅਸੀਂ, ਥੋੜਾ ਗੁੜ ਵੀ ਲਿਆ ਅੱਜ ਵੱਖਰਾ, ਗੋਭੀ ਲਈ ਆ ਪਨੀਰੀ, ਬਾਕੀ ਇੱਧਰ ਹਰ ਜਗ੍ਹਾ ਸਟਾਲਾਂ ਤੁਹਾਨੂੰ ਮਿਲਣਗੀਆਂ, ਇੱਧਰ ਗੋਡਿਆਂ ਤੇਲ ਵੀ ਮਿਲਦਾ। ਪਨੀਰੀ ਪਨੀਰੀ ਗੋਭੀ ਜੀ ਸਾਡੇ ਕੋਲ ਹਜੇ ਹੋਰ ਥਾਂ ਨਹੀਂ ਹੈਗਾ ਨਾ, ਬਾਅਦ ਚੋਂ ਲੈ ਲਾਂਗੇ ਗੰਢਿਆਂ ਗੁੰਢਿਆਂ ਜੀ। ਤਾਂ ਹਜੇ ਇੱਧਰ ਨੂੰ ਆ ਚੀਜ਼ਾਂ ਵਿਖਾਈਏ ਬਾਈ ਤੁਹਾਨੂੰ, ਨਿੱਕੇ ਨਿੱਕੇ ਡੌਗ ਵਿਖਾਈਏ। ਫੁੱਲ ਗੋਭੀ ਆ, ਹੈਲੋ ਫੁੱਲ ਗੋਭੀ ਆ ਕੀ ਰੇਟ ਆ? 30 ਰੁਪਏ। ਟਮਾਟਰ, ਹੈਲੋ ਟਮਾਟਰ 50 ਰੁਪਏ, ਉਹ 50 ਰੁਪਏ ਦੀ ਉਹ ਹਾਈਬ੍ਰਿਡ ਆ। ਅੰਬ, ਅਮਰੂਦ, ਬਾਹਰ ਆ ਗਏ ਆ, ਇੱਧਰ ਬਾਹਰ ਵੀ ਕਾਫੀ ਸਟਾਲਾਂ ਲੱਗੀਆਂ ਫੁੱਲ ਬੂਟਿਆਂ ਦੀਆਂ ਬੀਜਾਂ ਦੀਆਂ, ਇੱਧਰ ਵੀ ਦੇਖ ਸਕਦੇ ਹੋ ਸਾਹਮਣੇ। ਸਾਰੇ ਫੁੱਲਦਾਰ ਬੂਟੇ ਆ ਇੱਧਰ, ਸਾਰੇ ਸੋਹਣੇ ਸੋਹਣੇ ਬੂਟੇ, ਵੇਖ ਬਈ ਕਿਹੜੇ ਲੈਣੇ ਆ। ਸਾਰੀਆਂ ਸਟਾਲਾਂ ਲੱਗੀਆਂ ਇੱਧਰ ਬਈ,
ਇੱਧਰ ਸਾਰੇ ਤੁਹਾਨੂੰ ਬੂਟੇ ਮਿਲਣਗੇ। ਆਵੇ ਨਿੰਬੂ ਲੱਗੇ ਕਾਗਜੀ ਕਾਗਜੀ ਨਿੰਬੂ ਆ, ਬੂਟਾ ਭਰਿਆ ਬਹਿ ਜਾਵਾਂ। ਇਹ ਆ BKT ਟਾਇਰ। ਆ ਦੇ ਯਾਰ ਮਿਰਚਾਂ, ਆਹ ਲੈ ਲਈਏ ਫਿਰ ਵੱਡੀ ਹੋਊਗੀ। ਹੋ ਗਿਆ